ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਰਮਨਦੀਪ ਕੌਰ। ਮੈਨੂੰ ਬਚਪਨ ਤੋਂ ਹੀ ਗਾਉਣ ਦਾ ਬਹੁਤ ਵਧੀਆ ਸ਼ੌਕ ਸੀ ਅਤੇ ਅੱਜ ਉਹ ਪੂਰਾ ਹੋ ਰਿਹਾ। ਮੈਨੂੰ ਬਹੁਤ ਖੁਸ਼ੀ ਹੈ ਇਸ ਚੀਜ਼ ਦੀ। ਮੈਂ ਜਦੋਂ ਕਲਾਸ 'ਚ ਸੀ ਤਾਂ ਉਦੋਂ 3rd-4th ਕਲਾਸ 'ਚ ਸੀ, ਮੈਨੂੰ ਸਾਰੇ ਮੇਰੇ ਕਲਾਸਮੇਟਸ ਕਹਿੰਦੇ ਸੀ ਕਿ ਰਮਨ ਤੇਰੀ ਵੋਕਲ ਬਹੁਤ ਵਧੀਆ, ਤੂੰ ਗਾਣਾ ਸੁਣਾ। ਤਾਂ ਪਾਰਟੀਜ਼ ਵਗੈਰਾ ਹੁੰਦੀਆਂ ਰਹਿੰਦੀਆਂ ਸੀ ਸਕੂਲ 'ਚ, ਫੰਕਸ਼ਨ ਵਗੈਰਾ, ਅਤੇ ਮੈਂ ਉਦੋਂ ਗਾਣਾ ਗਾ ਦਿੰਦੀ ਸੀ। ਅਸੀਂ ਸਾਰੇ ਕੁਛ ਨਾ ਕੁਛ ਸੁਣਾਉਂਦੇ ਸੀ, ਕੋਈ ਚੁਟਕਲਾ ਵਗੈਰਾ ਇੱਦਾਂ, ਅਤੇ ਫਿਰ ਮੈਂ ਗਾਣਾ ਸੁਣਾਉਂਦੀ ਸੀ। ਤਾਂ ਉੱਥੋਂ ਮੈਨੂੰ ਪਤਾ ਚੱਲਿਆ ਕਿ ਵਾਕਈ ਮੈਨੂੰ ਹਰ ਇੱਕ ਕੋਈ ਕਹਿੰਦਾ ਹੈ, ਤਾਂ ਕਿਉਂ ਨਾ ਮੈਂ ਸਿੰਗਿੰਗ ਲਾਈਨ ਜੁਆਇਨ ਕਰਾਂ। ਤਾਂ ਫਿਰ ਮੈਂ ਸਿੰਗਿੰਗ ਲਾਈਨ ਜੁਆਇਨ ਕੀਤੀ। ਮੈਂ ਕਾਫੀ ਵਾਰ ਪਾਪਾ ਨੂੰ ਕਿਹਾ ਕਿ ਮੈਂ ਵੋਇਸ ਆਫ ਪੰਜਾਬ 'ਚ ਛੋਟਾ ਚੈਂਪ 'ਚ ਜਾਣਾ ਚਾਹੁੰਦੀ ਹਾਂ, ਪਰ ਉਹਨਾਂ ਨੇ ਮੈਨੂੰ ਨਜ਼ਰ ਅੰਦਾਜ਼ ਕੀਤਾ। ਉਹਨਾਂ ਨੇ ਕਿਹਾ, ਬੇਟਾ ਹਜੇ ਤੇਰੀ ਏਜ ਛੋਟੀ ਹੈ, ਹੋਰ ਸਿੱਖ ਕੋਈ ਨਾ, ਕਿਸੇ ਦਾ ਕਿਸੇ ਦਿਨ ਮੌਕਾ ਆਏਗਾ ਜ਼ਰੂਰ, ਜਿਸ ਦਿਨ ਤੂੰ ਇੱਕ ਵੱਡੇ ਪਲੈਟਫਾਰਮ 'ਤੇ ਖੜੀ ਹੋਏਂਗੀ। ਤਾਂ ਫਿਰ ਵਾਕਈ ਮੇਰੇ ਪ੍ਰਿੰਸੀਪਲ ਦਾ ਮੈਂ ਬਹੁਤ ਵਧੀਆ ਥੈਂਕ ਕਰਦੀ ਹਾਂ ਕਿ ਉਹਨਾਂ ਨੇ KKHD ਵਾਲੇ ਟੀਮ ਨੂੰ ਸਕੂਲ ਆਉਣ ਦਾ ਇੱਕ ਮੌਕਾ ਦਿੱਤਾ, ਅਤੇ ਫਿਰ ਉਹਨਾਂ ਨੇ ਅਸੈਂਬਲੀ ਵਿੱਚ ਉਸ ਮੌਕੇ ਦਾ ਫਾਇਦਾ ਉਠਾਇਆ। ਉਹਨਾਂ ਨੇ KKHD ਵਾਲੇ ਪੀਪਲਸ ਨੇ ਆਪਣੇ ਬਾਰੇ ਦੱਸਿਆ, ਅਤੇ ਫਿਰ ਸਾਰੇ ਜਣੇ ਨੇ ਮੈਨੂੰ ਕਿਹਾ ਕਿ ਪਲੀਜ਼ ਰਮਨ, ਸਾਡੀ ਰਿਕੁਐਸਟ ਹੈ ਇਹ ਕਿ ਤੂੰ ਪਲੀਜ਼ ਇਹ ਮੌਕਾ ਨਾ ਗਵਾ ਆਪਣੇ ਹੱਥੋਂ। ਤਾਂ ਫਿਰ ਮੈਂ ਕਿਹਾ ਕਿ ਮੈਂ ਆਪਣੇ ਪੇਰੈਂਟਸ ਨੂੰ ਕਿਹਾ ਕਿ ਬਸ ਹੁਣ ਨਹੀਂ, ਹੁਣ ਮੈਂ ਪਿੱਛੇ ਨਹੀਂ ਹਟਣਾ, ਹੁਣ ਮੈਂ ਅੱਗੇ ਵਧਣਾ ਹੀ ਵਧਣਾ ਹੈ। ਤਾਂ ਫਿਰ ਮੈਂ ਆਡੀਸ਼ਨ ਦਿੱਤਾ, ਮੈਂ ਸਿਲੈਕਟ ਹੋਈ, ਅਤੇ ਫਿਰ ਹੁਣ ਅੱਜ ਇੱਥੇ ਤੁਹਾਡੇ ਸਾਹਮਣੇ ਹੈ। ਹੁਣ ਮੈਂ 5th ਰਾਊਂਡ ਕਲੀਅਰ ਕਰ ਚੁੱਕੀ ਹਾਂ, ਹੁਣ ਮੈਂ 6th ਰਾਊਂਡ 'ਚ ਜਾਣਾ, ਐਂਡ ਰੱਬ ਦੀ ਕਿਰਪਾ ਹੈ ਅਤੇ ਮੇਰੇ ਪੇਰੈਂਟਸ ਦੀ। ਮੈਂ ਬਹੁਤ ਥੈਂਕ ਕਰਦੀ ਹਾਂ ਆਪਣੇ ਕਲਾਸਮੇਟਸ ਦਾ, ਆਪਣੇ ਫਰੈਂਡਸ ਦਾ, ਅਤੇ ਆਪਣੇ ਟੀਚਰਸ ਦਾ, ਫੈਮਿਲੀ ਮੈਂਬਰਸ ਦਾ, ਅਤੇ ਮੇਰੇ ਗੁਰੂ ਗੁਰਬਿੰਦਰ ਸਰ ਦਾ, ਅਤੇ ਮੈਂ KKHD ਟੀਮ ਦਾ, ਅਤੇ ਮਿਸਟਰ ਵਰੁਣ ਬੰਸਲ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਇੱਕ ਵੱਡਾ ਪਲੈਟਫਾਰਮ ਦਿੱਤਾ, ਮੇਰੇ ਟੈਲੈਂਟ ਨੂੰ ਤਰਾਸ਼ਿਆ ਅਤੇ ਮੈਨੂੰ ਅੱਗੇ ਵਧਣ ਦਾ ਇੱਕ ਮੌਕਾ ਦਿੱਤਾ। ਸੋ ਥੈਂਕ ਯੂ। Mrs. Geeta Pillai, who is the principal of this Delhi International School. I am really proud of my student, Ms. Ramandeep Kaur, who participated in DD Punjabi show Kisme Kitna Hai Dam. I really feel admired and proud to be a principal of this school, whose students are really bright stars of this institution. And definitely, I would like to thank all the members of DD Punjabi who given this platform to the students, jinhone itna acha platform students ko diya hai perform karne ke liye, hame bhi bahut acha lag raha hai, taki bacche apne zindagi mein bahut aage tak jaye. Jahan tak Ramandeep ki baat hai, wo ek aisi student hai jo ki ना केवल पढ़ाई में ही बहुत अच्छी है, वो स्कूल में होने वाले हर कंपटीशन में, चाहे वो डिबेट हो, डेक्लेमेशन हो, सिंगिंग कंपटीशन हो, कोई भी ऐसा फील्ड नहीं है जिस चीज़ को उसने टच ना किया हो और उसमें वो आगे ना निकली हो। मुझे गर्व होता है उन पेरेंट्स के ऊपर जिनकी वो बच्ची है और जिन्होंने उसको हमारे स्कूल में डाला है और जो हमारे स्कूल का नाम रोशन कर रही है। आई रियली प्राउड ऑफ सच स्टूडेंट। All the best for her future, and definitely ye apne zindagi mein bahut aage tak jayegi, mujhe malum hai. Wish you all the best. God bless you. Thank you. Hamesha zindagi mein aisi tarakki karte rehna. I am Ritika Singla. I am class teacher of 8th A class, as well as I am teaching Raman to math. She is very good in maths as well as she performs very good in other co-curricular activities like badminton, tennis ball and all that. And also she is having a very good nature. She is very decent girl. She also participates in music and she likes music very much, and she has a very good voice, and all the students of our school like her song very much. Thank you.
ਮੈਂ ਰਣਜੀਤ ਕੌਰ, ਇੱਥੇ ਪੰਜਾਬੀ ਟੀਚਰ ਹਾਂ। ਮੈਂ ਪਿਛਲੇ 3 ਸਾਲਾਂ ਤੋਂ ਰਮਨ ਨੂੰ ਪੰਜਾਬੀ ਪੜ੍ਹਾ ਰਹੀ ਹਾਂ। ਇਹ ਪਰਮਾਤਮਾ ਦੀ ਦਿੱਤੀ ਇੱਕ ਅਜਿਹੀ ਦੇਣ ਲੜਕੀ ਹੈ, ਗੋਡ ਗਿਫਟਡ ਹੈ, ਵੀ ਪਰਮਾਤਮਾ ਇਹੋ ਜਿਹੀ ਬੱਚੀ ਹਰ ਇੱਕ ਦੇ ਘਰ ਵਿੱਚ ਦੇਵੇ। ਜੇ ਅਸੀਂ ਇਹਨੂੰ ਦੇਖੀਏ, ਹਰ ਭਾਗ ਦੇ ਵਿੱਚ, ਅਕਾਦਮਿਕ ਦੇ ਵਿੱਚ, ਮਿਊਜ਼ਿਕ ਦੇ ਵਿੱਚ, ਖੇਡਾਂ ਦੇ ਵਿੱਚ, ਹਰ ਚੀਜ਼ ਦੇ ਵਿੱਚ ਇਹ ਲੜਕੀ ਅੱਗੇ ਹੈ। ਕੋ ਕਰੀਕੁਲਰ ਐਕਟੀਵਿਟੀਜ਼ ਦੇ ਵਿੱਚ ਅਸੀਂ ਜੇ ਇਸਨੂੰ ਆਲਰਾਊਂਡਰ ਕਹਿ ਦਈਏ ਤਾਂ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ। ਇਹ ਬੱਚੀ ਦੀ ਆਵਾਜ਼ ਬਹੁਤ ਹੀ ਜ਼ਿਆਦਾ ਸੁੰਦਰ ਹੈ, ਬਹੁਤ ਹੀ ਮਿੱਠੀ ਆਵਾਜ਼ ਹੈ। ਮੈਂ ਚਾਹੁੰਦੀ ਹਾਂ ਕਿ ਪਰਮਾਤਮਾ ਇਹਨੂੰ ਹੋਰ ਤਰੱਕੀਆਂ ਬਖਸ਼ੇ ਅਤੇ ਇਹਨੂੰ ਅੱਗੇ ਲੈ ਕੇ ਜਾਵੇ। ਅੱਛੀ ਬੇਟੀ ਆ ਜੋ ਕਿ ਦਿੱਲੀ ਇੰਟਰਨੈਸ਼ਨਲ ਸਕੂਲ ਵਿੱਚ ਪੜ੍ਹ ਰਹੀ ਆ ਅਤੇ ਸਾਰੇ ਸਿੰਗਿੰਗ ਦੇ ਵਿੱਚ ਕੰਪੀਟੀਸ਼ਨ ਅਤੇ ਨਾਲ ਨਾਲ ਇਹ ਕਾਫੀ ਹੋਰ ਵੀ ਖੇਡਾਂ ਦੇ ਵਿੱਚ ਪਾਰਟੀਸਪੇਟ ਕਰ ਰਹੀ ਹੈ ਕਿ ਜਿਸ ਵਿੱਚ ਇਹ ਹਰੇਕ ਵਿੱਚ ਵਿਨਰ ਆ ਰਹੀ ਆ ਕਿਉਂਕਿ ਅੱਜ ਦੀ ਸ਼ੋਅ ਕਿ ਮੈਂ ਇਹਨਾਂ ਤੋਂ ਬਹੁਤ ਜ਼ਿਆਦਾ ਇਹਨਾਂ ਦਾ ਧੰਨਵਾਦ ਕਰਦਾ ਕਿ ਜੋ ਇਹ ਹੁਣ ਫਰੀਦਕੋਟ ਵਰਗੇ ਛੋਟੇ ਛੋਟੇ ਸ਼ਹਿਰਾਂ ਵਿੱਚ ਆ ਕੇ ਇਹ ਬੱਚਿਆਂ ਨੂੰ ਅੱਗੇ ਵਧਣ ਦਾ ਮੌਕਾ ਦੇ ਰਹੇ ਆ ਅਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇਹ ਸਰਟੀਫਿਕੇਟ ਜੋ ਮੇਰੀ ਬੇਟੀ ਨੇ
ਗਣਤੰਤਰ ਸਿੱਖ ਦੇ ਲਿੱਤਾ ਜੀ ਔਰ ਸਿੰਗਿੰਗ ਵਿੱਚ ਇਸਨੇ ਕਾਫੀ ਇਹ ਵੀ ਟਰੋਫੀ ਲਿੱਤੀ ਹੋਈ ਹੈ ਜੀ। ਮੇਰਾ ਨਾਮ ਪੁਰਸ਼ੋਤਮ ਸਿੰਘ, ਮੈਂ ਡੋਗਰ ਬਸਤੀ ਫਰੀਦਕੋਟ 14 ਨੰਬਰ ਗਲੀ ਦਾ ਰਹਿਣ ਵਾਲਾ, PRTC ਕਾਰਪੋਰੇਸ਼ਨ ਪਟਿਆਲਾ ਤੋਂ ਮੈਂ ਸੁਪਰਡੈਂਟ ਰਿਟਾਇਰ ਹੋਇਆ। 2005 ਮੇਰੀ ਰਿਟਾਇਰਮੈਂਟ ਸੀ, 70 ਸਾਲ ਮੇਰੀ ਏਜ ਹੈ ਅਤੇ ਬੇਟਾ ਰਮਨਦੀਪ ਮੇਰੇ ਗੁਆਂਢ ਮੇਰੇ ਦੋਸਤ ਦੀ ਲੜਕੀ ਹੈ ਜਿਹੜੀ ਕਿ ਬਹੁਤ ਐਕਟਿਵ ਹੈ। ਇਹ ਸਿੰਗਿੰਗ ਦੇ ਵਿੱਚ ਬਹੁਤ ਇੰਟਰਸਟ ਰੱਖਦੀ ਹੈ। ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਹਮੇਸ਼ਾ ਤਤਪਰ ਰਹਿੰਦੀ ਹੈ। ਬੇਸ਼ੱਕ ਬਹੁਤ ਛੋਟੀ ਹੈ ਪਰ ਪੜ੍ਹਨ ਦੇ ਵਿੱਚ ਜਿੰਨੀ ਹੁਸ਼ਿਆਰ ਹੈ ਉਨੀ ਹੀ ਹੁਸ਼ਿਆਰ ਇਹ ਆਪਣਾ ਸਮਾਜ ਸੇਵਕ ਦੇ ਕੰਮ ਕਰਨਾ ਚਾਹੁੰਦੀ ਹੈ ਤਾਂ ਕਿ ਇਹ ਆਪਣੇ ਮੁਹੱਲੇ 'ਚ, ਆਪਣੇ ਸ਼ਹਿਰ 'ਚ ਅਤੇ ਆਪਣੇ ਜ਼ਿਲ੍ਹੇ 'ਚ ਅਤੇ ਆਪਣੇ ਭਾਰਤ ਦੇ ਵਿੱਚ ਆਪਣਾ ਨਾਂ ਰੋਸ਼ਨ ਕਰ ਸਕੇ। ਬਹੁਤ ਹੀ ਇੰਟੈਲੀਜੈਂਟ ਹੈ ਅਤੇ ਬਹੁਤ ਹੀ ਵਧੀਆ ਇਹ ਆਪਣੀ ਏਜ ਦੇ ਹਿਸਾਬ ਨਾਲ ਗਾਉਂਦੀ ਹੈ ਲੜਕੀ। ਮੇਰੀਆਂ ਸ਼ੁਭ ਇਛਾਵਾਂ ਇਹਦੇ ਨਾਲ ਨੇ ਕਿ ਇਹ ਹੋਰ ਬਹੁਤ ਅੱਗੇ ਤਰੱਕੀ ਕਰੇ। ਬਸ ਇਹਦੀ ਸ਼ਰਾਰਤ ਹੈ ਜੀ, ਜਦੋਂ ਵੀ ਅਸੀਂ ਦਿਨ ਇਹਦੇ ਨਾਲ ਕੋਲ ਆਉਂਦੇ ਹਾਂ ਇਹ ਗਾਣੇ ਵਿੱਚ ਕੋਈ ਨਾ ਕੋਈ ਗੱਲ ਸਾਨੂੰ ਕਹਿ ਕੇ ਦੱਸਦੀ ਹੈ, ਅੱਜ ਪਾਪਾ ਮੇਰੀ ਰਹਿਸਲ ਵੇਖੋ, ਮੇਰੀ ਆਵਾਜ਼ ਦੇਖੋ। ਅਸੀਂ ਕਹਾਂ ਹਾਂ ਬੇਟਾ ਤੇਰੀ ਆਵਾਜ਼ ਬਹੁਤ ਸੁੰਦਰ ਹੈ ਅਤੇ ਬਹੁਤ ਤੂੰ ਕਾਮਯਾਬੀ ਤੇਰੇ ਕਦਮ ਛੂਗੀ, ਅੱਛੀ ਆਵਾਜ਼ ਹੈ ਇਹਦੀ ਅਤੇ ਸ਼ਰਾਰਤੀ ਹੈ ਅਤੇ ਕੋਈ ਵੀ ਕਰੇ ਆਵੇ ਉਹਨੂੰ ਮਤਲਬ ਕਿ ਇਹਨੇ ਇੱਜ਼ਤ ਨਾਲ ਚਾਹ ਪਾਣੀ 'ਚ ਪੂਰਾ ਇਹ ਸੰਯੋਗ ਦਿੰਦੀ ਹੈ। ਜਿਸ ਤਰ੍ਹਾਂ ਇਸਦੀ ਉਮਰ ਹੈ ਅਤੇ ਉਸ ਤਰੀਕੇ ਨਾਲ ਇਹ ਸਾਰਾ ਘਰ ਦਾ ਹੈਂਡਲ ਕਰ ਸਕਦੀ ਹੈ। ਹੈਲੋ, ਆਈ ਐਮ ਰਮਨ ਸਪਰੋ, ਮਾਈ ਨੇਮ ਇਜ਼ ਵਿਸ਼ਵ, ਆਈ ਐਮ ਪ੍ਰਾਊਡ ਆਫ ਮਾਈ ਸਿਸਟਰ, ਸ਼ੀ ਇਜ਼ ਹੈਵਿੰਗ ਅ ਡ੍ਰੀਮ ਟੂ ਬਿਕਮ ਅ ਸਿੰਗਰ, ਨਾਓ ਸ਼ੀ ਇਜ਼ ਗੋਇੰਗ ਟੂ ਬਿਕਮ ਅ ਸਿੰਗਰ। ਆਈ ਐਮ ਹੈਵਿੰਗ ਪ੍ਰਾਊਡ ਆਫ ਮਾਈ ਸਿਸਟਰ ਐਂਡ ਆਈ ਐਮ ਬੈਸਟ ਆਫ ਲੱਕ ਵਿਦ ਹਿਮ। Hi everyone, I am Pavan, I am Raman's sister and first of all I want to thanks to KKSG and Varun Bansal sir that they are coming in small towns and helping the students to show their talent and I am feeling very proud to my sister that she has reached in 6th level and I want to say best of luck to her and she should win the 6th level also. ਆਹ ਤਾਂ ਵੱਡੀ ਹੋ ਗਈ, ਸੁਨੰਦਾ ਸ਼ਰਮਾ ਬਣੂ। ਨਹੀਂ ਨਹੀਂ, ਅਨਮੋਲ ਗਗਨ ਮਾਨ ਵਰਗੀ, ਅਨਮੋਲ ਗਗਨ ਮਾਨ, ਸੁਨੰਦਾ ਸ਼ਰਮਾ, ਅਨਮੋਲ ਗਗਨ ਮਾਨ, ਸੁਨੰਦਾ ਸ਼ਰਮਾ, ਅਨਮੋਲ ਗਗਨ ਮਾਨ, ਸੁਨੰਦਾ ਸ਼ਰਮਾ, ਅਨਮੋਲ ਗਗਨ ਮਾਨ, ਸੁਨੰਦਾ ਸ਼ਰਮਾ।
ਅਨਮੋਲ ਗਗਨ ਮਾਂ ਸੁਨੰਦਾ ਸ਼ਰਮਾ ਅਨਮੋਲ ਗਗਨ ਮਾਂ ਤੁਸੀਂ ਪਹਿਲਾਂ ਡਿਸਾਈਡ ਹੀ ਕਰ ਲਓ ਚਲੋ ਚਲੋ ਇੱਦਾਂ ਕਰਦੇ ਹਾਂ ਆਪਾਂ ਪੁੱਛਦੇ ਹਾਂ ਕੇ ਐਸ ਟੀ ਸਟੇ ਮੈਂ ਜਸਵੀਰ ਸਿੰਘ ਰਮਨ ਦੇ ਦਾਦਾ ਜੀ ਦੇ ਦੋਸਤ ਔਰ ਰਮਨ ਜੋ ਬਾਬਾ ਫਰੀਦ ਜੀ ਦੀ ਪਾਕ ਪਵਿੱਤਰ ਧਰਤੀ ਜਨਮੀ ਹੈ ਸਾਰੇ ਪਰਿਵਾਰ ਨੂੰ ਮੁਬਾਰਕ ਬੜੀ ਖੁਸ਼ੀ ਦੀ ਗੱਲ ਹੈ ਕਿ ਰਮਨ ਨੇ ਬਚਪਨ ਦੇ ਵਿੱਚ ਹੀ ਇੱਕ ਅਜਿਹਾ ਖੇਤਰ ਚੁਣਿਆ ਜੋ ਦੁਨੀਆ ਦੇ ਵਿੱਚ ਬਹੁਤ ਵਧੀਆ ਪਹਿਚਾਣ ਬਣਾ ਸਕਦਾ ਹੈ ਔਰ ਬਹੁਤ ਵਧੀਆ ਰੋਟੀ ਦਾ ਵਸੀਲਾ ਵੀ ਹੈ ਤਾਂ ਬੜੀ ਖੁਸ਼ੀ ਦੀ ਗੱਲ ਹੈ ਔਰ ਕਿਸੇ ਸ਼ਾਇਰ ਨੇ ਬਹੁਤ ਵਧੀਆ ਲਿਖਿਆ ਹੋਨਹਾਰ ਬਣਵਾਣ ਕੇ ਹੋਤ ਚਿਕਣੇ ਚਿਕਣੇ ਪਾਪ ਰਮਨ ਦੀਆਂ ਛੋਟੀ ਹੁੰਦੀ ਤੀਆਂ ਹੀ ਸ਼ਰਾਰਤਾਂ ਗੱਲਾਂ ਬਾਤਾਂ ਇਹ ਦੱਸਦੀਆਂ ਸੀ ਕਿ ਇੱਕ ਦਿਨ ਜ਼ਰੂਰ ਕੋਈ ਇਹੋ ਜਿਹਾ ਰਸਤਾ ਫੜੇਗੀ ਜਿਸ ਦੇ ਨਾਲ ਦੁਨੀਆਂ 'ਚ ਪਹਿਚਾਣ ਬਣੇਗੀ ਔਰ ਪਰਿਵਾਰ ਦਾ ਨਾਮ ਉੱਚਾ ਕਰੇਗੀ ਸ਼ਹਿਰ ਦਾ ਨਾਮ ਉੱਚਾ ਕਰੇਗੀ ਬੜਾ ਹੀ ਮਾਣ ਹੈ ਇਸ ਬੇਟੀ 'ਤੇ ਕਿ ਬੜੀ ਲਗਨ ਦੇ ਨਾਲ ਮਿਊਜ਼ਿਕ ਸਿੱਖ ਰਹੀ ਹੈ ਬਹੁਤ ਹੀ ਖੁਸ਼ੀ ਦੀ ਗੱਲ ਹੈ ਔਰ ਮੈਨੂੰ ਇਸ ਗੱਲ ਦੀ ਆਸ ਹੈ ਕਿ ਜੋ ਸਾਡੀਆਂ ਇਹਦੇ ਤੋਂ ਆਸਾਂ ਨੇ ਉਸ ਤੋਂ ਵੀ ਉੱਚਾ ਇਹ ਪ੍ਰਾਪਤੀਆਂ ਕਰੇਗੀ ਔਰ ਅਸੀਂ ਇਸ ਦੇ ਨਾਲ ਸਦਾ ਜਿੰਨਾ ਸਹਿਯੋਗ ਕਰ ਸਕਦੇ ਹਾਂ ਵੱਧ ਤੋਂ ਵੱਧ ਕਰਾਂਗੇ ਔਰ ਬੜੇ ਹੀ ਮਾਣ ਨਾਲ ਇਸ ਨੂੰ ਅਸੀਂ ਇਸ ਤਰ੍ਹਾਂ ਵਰਲਡ ਵਾਈਡ ਇੱਕ ਸ਼ਖਸੀਅਤ ਬਣੀ ਵੇਖਣੀ ਚਾਹੁੰਦੇ ਹਾਂ ਬਹੁਤ ਹੀ ਖੁਸ਼ੀ ਦੀ ਗੱਲ ਹੈ ਬਹੁਤ ਹੀ ਭਾਗਾ ਭਰਿਆ ਦੇਣਾ ਹੈ ਥੈਂਕ ਯੂ ਸਰ ਕਿਸਮੇ ਕਿਤਨਾ ਹੈ ਦਮ ਚੈਨਲ ਜੋ ਹੈ ਜੋ ਬੱਚਿਆਂ ਨੂੰ ਇੱਕ ਨਵੀਂ ਸੇਧ ਦੇ ਰਿਹਾ ਹੈਗਾ ਔਰ ਇਸ ਨਾਲ ਬੱਚਿਆਂ ਨੂੰ ਇੱਕ ਟਰੈਕ ਮਿਲ ਗਿਆ ਹੈਗਾ ਅੱਗੇ ਵਧਣ ਦਾ ਜਿਸ ਤਰ੍ਹਾਂ ਬੱਚੇ ਸਿੰਗਿੰਗ ਕਰਦੇ ਆ ਜਾਂ ਡਾਂਸ ਕਰਦੇ ਹੈ ਉਹ ਜੇ ਇਸ ਤਰ੍ਹਾਂ ਦੇ ਚੈਨਲ ਨਾ ਹੋਣ ਤਾਂ ਬੱਚਿਆਂ ਨੂੰ ਕਿਸੇ ਨੂੰ ਪਤਾ ਨਹੀਂ ਲੱਗਦਾ ਔਰ ਨਾ ਹੀ ਬੱਚਿਆਂ ਦਾ ਹੌਸਲਾ ਵੱਧਦਾ ਹੈਗਾ ਜਿਸ ਤਰ੍ਹਾਂ ਹੁਣ ਕਿਸਮੇ ਕਿਤਨਾ ਹੈ ਦਮ ਬੱਚਿਆਂ ਨੇ ਜੋ ਸਿਲੈਕਸ਼ਨ ਟਰਾਇਲ ਹੈਗੇ ਪਾਸ ਕੀਤੇ ਹੈਗੇ ਹੁਣ ਥੋੜ੍ਹਾ ਜਿਹਾ ਹੋਰ ਉੱਚੇ ਲੈਵਲ 'ਤੇ ਜਾ ਰਹੇ ਨੇ ਅਸੀਂ ਸਪੈਸ਼ਲੀ ਧੰਨਵਾਦੀ ਹਾਂ ਇਸ ਚੈਨਲ ਦਾ ਕਿਸਮੇ ਕਿਤਨਾ ਹੈ ਦਮ